हेलो, मेरा नाम चौधरी राजेंद्र निजर हैगा ते मैं पंडूरी निजर दा जट हैगा। जिन्ना जे कच्चे प्यो दे ब्रह्म के बेटे नहीं बनते, उन्ना चे पक्के पार ब्रह्म दे नहीं बनते। ब्रह्म के बेटे शब्द पछाता, जिन्हों अपने प्यो दी नहीं खबर, उन्हों अकाल पुरख की खबर किदा हो जाएगी। इत्थे मैं कर रहा सतगुरु अर्जन देव जी दे श्लोक, उन्हां दे समझण लई भी ओ किहड़ी पदवी ते सीगे ते किन्हां नूं उपदेश करते ने। ट्रिनिटी हैगी, ये समझ लो, ये ट्रिनिटी ये क्रिश्चियनिटी च भी कम आउंदी हैगी, ते नाले सिखिज़म जिहड़ा हैगा ना, ये कंटीन्यूएशन ऑफ क्रिश्चियनिटी हैगा। नानक दूजा कमिंग, जीजे का दोबारा कम आना हैगा। जिहड़ा सिख हुंदा उहनूं दसण दी नहीं लोड़ हुंदी भी ओह कौन हैगा, ते इसे करके सच्चे पातशाह हर कृष्ण जी ने यह नहीं दस्या भी बाबा बकाला ही दस्या, उन्होंने यह नहीं दस्या उहदा की नाम सीगा, जो सिख पेखी दा हैगा, देखी दा नहीं हैगा। जिहड़े पेख सकदे सी ना उन्होंने लभ लिया, इसलिए यह बाणी च पेखी दी हैगी, यह देखने वाली नहीं हैगी। तो जिन्हां च पेखन की शक्ति नहीं हैगी वह नहीं ये समझ सकते, ਉਹ ਹੁੰਦੇ ਨੇ ਬੇਮੁੱਖ। ਹੋਮੇ ਚ ਇਹ ਹੈਗਾ ਨਾ, ਹੋਮੇ ਇਹਦਾ ਇਲਾਜ ਕੀਤਾ ਸੀ ਸਤਿਗੁਰੂ ਅੰਗਦ ਦੇਵ ਜੀ ਨੇ, ਜਿਹੜੇ ਤਪੇ ਮਗਰ ਲੱਗੇ। ਤਪੇ ਮੈਂ ਜਿੱਦਾਂ ਹੈਗਾ ਨਾ, ਰਾਧਾ ਸਵਾਮੀ ਹੈਗਾ, ਡੇਰੇ ਵਾਲਾ ਹੈਗਾ, ਇਹਨਾਂ ਦੇ ਮਗਰ ਲੱਗੇ ਉਹਨੇ। ਇਹ ਹੈਗੇ ਅੰਨੇ, ਅੰਨਾ ਮਗਰ ਲੱਗਦਾ ਹੈਗਾ, ਸੁਜਾਖਾ ਨੀ ਮਗਰ ਲੱਗਦਾ। ਸੁਜਾਖਾ ਹਰ ਅਕਾਲ ਪੁਰਖ ਵੱਲ ਮੂੰਹ ਕਰਦਾ ਹੈਗਾ, ਅਤੇ ਇਹਨਾਂ ਦਾ ਫਿਰ ਉਹਨਾਂ ਨੇ ਅਕਾਲ ਪੁਰਖ ਵੱਲ ਮੂੰਹ ਕੀਤਾ ਵੀ ਤਪੇ ਤੋਂ ਨਹੀਂ ਕੁਛ ਮਿਲਣੀ, ਅਕਾਲ ਪੁਰਖ ਤੋਂ ਸਾਰੀਆਂ ਮਿਲਣੀਆਂ ਚੀਜ਼ਾਂ। ਜਦੋਂ ਉੱਧਰ ਮੂੰਹ ਕੀਤਾ ਤਾਂ ਫਿਰ ਮੀਂਹ ਮੂੰਹ ਪਿਆ, ਤਾਂ ਫਿਰ ਉਹ ਖੁਸ਼ੀ ਹੋਏ, ਨਹੀਂ ਤਾਂ ਉਹਨਾਂ ਨੇ ਕੱਢ ਦਿੱਤਾ ਸੀ, ਜਾਂ ਦੌੜ ਜਾ ਦੂਏ ਪਿੰਡ ਚਲੇ ਗਏ ਸੀਗੇ। ਅਤੇ ਇਹ ਹੈਗੇ ਸਤਿਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਧੁਰਾ ਰੱਖਿਆ। ਹੋਮੇ ਉਹਨਾਂ ਨੇ ਮਾਰੀ, ਲੋਕਾਂ ਦੀ ਕੁੱਟ ਕੁੱਟ ਕੇ ਮਾਰੀ। ਭਲਵਾਨੀ ਕਰਾਉਂਦੇ ਸੀ, ਕਿਸੇ ਦੇ ਹੱਥ ਨਹੀਂ ਸੀ ਚੱਕਦੇ, ਨਿਮਰਤਾ ਚ ਸੀਗੇ। ਤੇ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ, ਉਹਨਾਂ ਨੇ ਉਹਨਾਂ ਦੀ ਦੁਬਧਾ ਭੰਨੀ। ਲੋਭੀ, ਲੋਭ, ਕਾਮ, ਕ੍ਰੋਧ, ਲੋਭ, ਉਹਨਾਂ ਦਾ ਲੋਭ ਭੰਨਿਆ। ਲੋਭ ਰੱਤ ਜੇ ਅੰਦਰ ਹੋਵੇ ਤਾਂ ਹਰ ਦੂਰ ਹੁੰਦਾ, ਸ਼ੈਤਾਨ ਅੰਦਰ ਹੁੰਦਾ। ਜੇ ਤੁਹਾਡਾ ਸਰੀਰ ਲੋਭ ਰੱਤ ਤੋਂ ਰਹਿਤ ਹੈਗਾ, ਯਾਨੀ ਕਿ ਤੁਸੀਂ ਰਿਸ਼ਵਤ ਨਹੀਂ ਲੈਂਦੇ, ਹਰਾਮਖੋਰੀ ਨਹੀਂ ਕਰਦੇ, ਤਦ ਤੁਹਾਡੇ ਅੰਦਰ ਹਰ ਵਸਦਾ ਹੈਗਾ। ਇਹ ਤਾਂ ਹਰ ਦੂਰ, ਸ਼ੈਤਾਨ ਅੰਦਰ। ਕਿੰਨੇ ਕੁ ਹੈਗੇ ਇੰਡੀਆ ਜਿਹੜੇ ਰਿਸ਼ਵਤ ਨਹੀਂ ਲਈ, ਜੇ ਬੇਈਮਾਨ ਨਹੀਂ ਹੈਗੇ ਨੇ। ਕੋਟਨ ਮੈਂ ਏਕ ਮਿਲਦਾ ਤੁਹਾਨੂੰ ਸੱਚਾ ਸਿੱਖ। ਫਿਰ ਹੈਗੇ ਇੱਥੇ ਜਿਹੜੇ ਉਹਦੇ ਨਾਮ ਜਪਦੇ ਨੇ, ਜਿਹਨਾਂ ਦੇ ਹਰ ਅੰਦਰ ਹੋਵੇ, ਉਹ ਉਹਨਾਂ ਦਾ ਹਰਿਮੰਦਰ ਹੁੰਦਾ ਏ। ਇਹ ਸਰੀਰ ਹਰਿਮੰਦਰ ਹੈਗਾ, ਹਰ ਸਤਿਗੁਰੂ ਅੰਦਰ ਬੈਠਾ, ਅੰਤਰ ਸਤਿਗੁਰੂ ਰਾਧੀਏ ਜੀਵਾ ਜਪੇ ਨਾਮ। ਫਿਰ ਇਹ ਬਣ ਜਾਂਦੇ ਗੁਰਮੁਖ। ਗੁਰ ਦੋ ਹਰਫ ਹੈਗੇ ਨੇ, ਗੁਰ ਗੁਰ ਹੁੰਦਾ ਢੰਗ, ਢੰਗ ਕੀ ਹੈਗਾ, ਲੋਜੀਕਲ ਰੀਜਨਿੰਗ। ਮੁੱਖ ਹੈਗਾ ਮੂੰਹ, ਉਹ ਆਦਮੀ ਜਿਹੜਾ ਲੋਜੀਕਲ ਰੀਜਨਿੰਗ ਨਾਲ ਬੋਲਦੇ ਨੇ, ਐਂਡ ਪ੍ਰੋਡਕਟ ਲੋਜੀਕਲ ਰੀਜਨਿੰਗ ਕੀ ਹੈਗਾ, ਲੋਗੋ, ਲੋਗੋ ਹੈਗਾ ਉਹਦਾ ਨਾਂ। ਅਤੇ ਇਹ ਫਿਰ ਹੈਗਾ ਇੱਥੇ ਗੁਰਮੁਖ ਸੁਣਦੇ ਨੇ ਅਤੇ ਗਾਉਂਦੇ ਨੇ। ਆਹ ਜਿਹੜਾ ਸੁਣਦਾ ਹੀ ਹੈਗਾ, ਇਹਨੂੰ ਸ਼ੱਕ ਹੈਗਾ ਵੀ ਠੀਕ ਹੈ ਕਿ ਐਵੇਂ ਬੋਲੀ ਜਾਂਦੇ ਨੇ। ਇਹ ਵੀ ਚਤਰ ਚਲਾਕ ਬਣ ਜਾ ਤਾਂ ਪ੍ਰਿਥੀ ਚੰਦ ਮੀਨਾ। ਇੱਥੇ ਗੁਰਮੁਖ ਸਤਿਗੁਰੂ ਅਰਜਨ ਦੇਵ ਜੀ ਇੱਥੇ ਸੀਗੇ ਅਤੇ ਇਹ ਤਰ ਗਏ, ਇੱਥੇ ਆ ਗਏ ਹੱਥ ਕੱਢ ਕੇ। ਅਕਾਲ ਪੁਰਖ ਨੇ ਇਹਨਾਂ ਨੂੰ ਚੱਕ ਕੇ ਤਾਂ ਆਪਣੇ ਗੋਦ ਵਿੱਚ ਬਿਠਾ ਲਿਆ, ਅਤੇ ਉੱਥੇ ਉਹ ਬਣ ਗਏ ਉਹਦੇ ਸਪੋਕਸਮੈਨ। ਆਪਣੀ ਅਕਲ ਨਹੀਂ ਚੱਲਦੀ ਇੱਥੇ, ਆਪਣੀ ਚਤਰਾਈ ਨਹੀਂ ਚੱਲਦੀ ਇੱਥੇ, ਅਕਾਲ ਪੁਰਖ ਦੇ ਤੁਸੀਂ ਸਪੋਕਸਮੈਨ ਬਣ ਜਾਂਦੇ। ਆ ਹੈਗੇ ਸੀਲ ਟੂ ਸਰਵ ਗੋਡ ਗੁਰਮੁਖ, ਇਹ ਹੈਗੇ ਸਨਮੁਖ ਬੇਮੁਖ, ਇਹ ਹੈਗੇ ਨੇ ਦੁਨੀਆ ਦੇ ਲੋਕ ਜਿਹਨਾਂ ਕੋਲ ਸ਼ਰਮ ਹੈਗੀ, ਉਹਨਾਂ ਕੋਲ ਧਰਮ ਹੈਗਾ। ਇਸ ਕਰਕੇ ਕਾਮ ਹੈਗਾ, ਇਹਨਾਂ ਦੇ ਕਾਮ 'ਤੇ ਕਾਬੂ ਕਰਨਾ ਹੈਗਾ, ਬੇਸ਼ਰਮਾ ਨੇ ਬੇਸ਼ਰਮੀ ਵਾਲੇ ਕੰਮ ਨਹੀਂ ਕਰਨੇ। ਕਾਮ, ਕ੍ਰੋਧ, ਕ੍ਰੋਧ ਹੁੰਦਾ ਹੈਗਾ ਜਿਹੜੇ ਬੇਮੁੱਖ ਹੋਣ, ਹੋਮੇ 'ਚ ਉਹ ਕ੍ਰੋਧੀ, ਉਹਨਾਂ ਨੂੰ ਸਮਝ ਤਾਂ ਆਉਂਦੀ ਨਹੀਂ
ਸੁਰਤੀ ਵਾਲੀ ਤਾਂ ਹੁੰਦੀ ਨਹੀਂ, ਕੋਈ ਸੁਰਤੀ ਵਾਲੀ ਗੱਲ ਕਰੇ ਤਾਂ ਉਲਟਾ ਪੈਂਦੇ ਨੇ ਉਖੜੀ ਖੁਆੜੀ ਵਾਂਗਰ। ਜਿੱਦਾਂ ਸਿੱਖ ਪੰਥ ਹੈਗਾ, ਸਿੱਖ ਕੌਮ ਨਹੀਂ ਹੈਗੀ। ਜੇ ਤੁਸੀਂ ਕਿਤੇ ਗੁਰਦੁਆਰੇ 'ਚ ਕਹਿ ਦਿਓ ਵੀ 1984 'ਚ ਇੱਕ ਸਿੱਖ ਵੀ ਨਹੀਂ ਮਰਿਆ, ਕਿਉਂ ਰੂਪ ਹੈਗਾ? ਬਿੰਦੀ ਰੂਪ ਨਹੀਂ ਨਾ ਹੈਗਾ, ਇਹ ਰੂਹਾਨੀ ਹੈਗਾ। ਜਿਸਮ ਜੰਮੇ ਜਿਸਮ ਮਰੇ। ਜੱਟ ਜੰਮਿਆ, ਕੋਈ ਰਾਈ ਜੰਮ, ਕੋਈ ਖੱਤਰੀ ਜੰਮਿਆ, ਅਰੋੜਾ ਜੰਮਿਆ, ਇਹ ਮਰੇ। ਤੇ ਇਹ ਹੈਗਾ, ਉਹਨਾਂ ਨੂੰ ਤੁਸੀਂ ਕਹਿ ਕੇ ਦੇਖ ਲਓ ਗੁਰਦੁਆਰੇ ਤੇ ਕਿੱਦਾਂ ਤੁਹਾਡੇ ਪੈਂਦੇ। ਭਿੰਡਰਾਂਵਾਲਾ ਨਾ ਸਿੱਖ ਸੀਗਾ ਤੇ ਨਾ ਖਾਲਸਾ ਸੀ, ਤੇ ਕਹਿ ਕੇ ਦੇਖ ਲਓ ਉੱਥੇ ਗੁਰਦੁਆਰੇ ਦੇ ਕਿੱਦਾਂ ਤੁਹਾਡੇ ਪੈਂਦੇ ਨੇ। ਉਹਨੇ ਸਾਨੂੰ ਰਾਜ ਦਵਾ ਦੇਣਾ ਸੀ, ਉਹਨੇ ਆਹ ਕਰਨਾ ਸੀ, ਉਹ ਕਰਨਾ ਸੀ। ਰਾਜ ਦੁਨਿਆਵੀ ਰਾਜ ਕੌਮਾਂ ਦੇ ਹੁੰਦੇ ਨੇ, ਪੰਥਾਂ ਦੇ ਨਹੀਂ ਹੁੰਦੇ। ਪੰਥ ਦਾ ਰਾਜ ਰੂਹਾਨੀ ਹੁੰਦਾ। ਤੇ ਇਹ ਹੈਗੇ ਨੇ ਫਿਰ, ਜਿਹਨਾਂ ਸੁਰਤੀ ਸੀਗੀ ਉਹਨਾਂ ਨੇ ਫਿਰ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾੜ, ਚੁੱਪਿਆ ਚੁੱਪਣਾ ਹੋਈ ਜੇ ਲਹਿਰ ਹਾਂ ਲਵਤਾਰ, ਚਤਰ ਚਲਾਕ ਤੇ ਭੁੱਖਿਆ ਭੁੱਖ ਨਾ ਉਤਰੇ, ਜੱਬਰਨਾ ਪੁਰੀਆਂ ਪਾਰ। ਇਹਨਾਂ ਨੂੰ ਨਾਮ ਦੀ ਭੁੱਖ ਹੈਗੀ, ਖਾਂਦੇ ਨੇ ਤੇ ਬੋਲਦੇ ਨੇ, ਜਿੰਨਾ ਖਰਚਦੇ ਨੇ ਅਕਾਲ ਪੁਰਖ ਉਹਨਾਂ ਨੂੰ ਦੁੱਗਣਾ ਤਿਗਣਾ ਦਿੰਦਾ ਹੈਗਾ, ਹੋਰ ਦਿੰਦਾ ਖਰਚੇ ਨੇ। ਇਹਨਾਂ ਦੇ ਭੰਡਾਰ ਅਕਾਲ ਪੁਰਖ ਨੇ ਖੋਲ ਦਿੱਤੇ ਨੇ ਇਹਨਾਂ ਲਈ, ਇਹਨਾਂ ਨੇ ਨੌ ਨਿਧ ਪਾ ਲਈ। ਫਿਰ ਜੇ ਅਕਾਲ ਪੁਰਖ ਦੀ ਗੋਦੀ ਚ ਬਹਿ ਜਾ, ਸਹਿਣ ਸਿਆਪਾ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ ਧੰਨਾ ਭਗਤ। ਜਿੱਦਾਂ ਅਕਾਲ ਪੁਰਖ ਦੀ ਜਦੋਂ ਗੋਦੀ ਚ ਬਹਿ ਗਿਆ, ਫਿਰ ਉਹਨੇ ਬਾਣੀ ਉਚਾਰੀ। ਪਹਿਲਾਂ ਤਾਂ ਉਹਨੂੰ ਆਉਂਦਾ ਨਹੀਂ ਸੀ ਕੁਛ ਵੀ, ਬੱਟੇ ਨੂੰ ਲੱਗਾ ਸੀ ਪੂਜਣ, ਬੱਟੇ ਚੋਂ ਨਿਕਲੇ ਹੋਊਗਾ, ਪਰ ਉਹਨੇ ਦਿਲ ਨਾਲ ਪੂਜਿਆ ਤੇ ਉਹਨੂੰ ਅਕਾਲ ਪੁਰਖ ਨੇ ਪਾ ਲਿਆ। ਉਹਨੇ ਇਹਦਾ ਹੈਗਾ ਦਿਲ ਦੀ ਸਫਾਈ। ਜੇ ਤੁਹਾਡਾ ਦਿਲ ਸਾਫ਼ ਹੈਗਾ ਤੇ ਅਕਾਲ ਪੁਰਖ ਅੰਦਰ ਹੈਗਾ, ਨਹੀਂ ਤਾਂ ਬਾਹਰ। ਹੁਣ ਤੁਹਾਨੂੰ ਸਮਝ ਆ ਜਾਏਗੀ। ਮੇਰਾ ਚਾਰਟ ਡਿਸਕ੍ਰਿਪਸ਼ਨ ਵਿੱਚ ਮਿਲ ਸਕਦਾ, ਉੱਥੇ ਪ੍ਰਿੰਟ ਕਰਕੇ ਤੁਸੀਂ ਲੋਕਾਂ ਨੂੰ ਦਿਓ ਤੇ ਆਪ ਵੀ ਪੜ੍ਹੋ, ਤੇ ਜੇ ਕੋਈ ਮਦਦ ਕਰ ਸਕੇ ਤਾਂ ਉਹ ਚੰਗੀ ਤਰ੍ਹਾਂ ਬਣਾ ਕੇ ਤੇ ਲੋਕਾਂ ਨੂੰ ਦੇਈਏ। ਇੱਥੇ ਮੈਂ ਕਰ ਰਿਹਾ ਸਤਿਗੁਰੂ। ਹੈਲੋ, ਯਾ ਹਾਂ, ਕੈਨ ਯੂ ਰਿੰਗ ਮੀ ਲੇਟਰ ਔਨ? ਆਮ ਡੂਇੰਗ ਸਮਥਿੰਗ ਨਾਓ, ਕੈਨ ਯੂ ਰਿੰਗ ਮੀ ਇਨ 10 ਮਿੰਟਸ ਪਲੀਜ਼, 10-15 ਮਿੰਟਸ? ਹੈ, ਆਮ ਔਨ ਅਦਰ ਟੈਲੀਫੋਨ। ਓਕੇ, ਯਾ ਓਕੇ। ਸੋ ਹੇਅਰ ਆਮ ਡੂ, ਇੱਥੇ ਮੈਂ ਕਰ ਰਿਹਾ ਹੈਗਾ ਬਾਣੀ ਸਤਿਗੁਰੂ ਅਰਜਨ ਦੇਵ ਜੀ, ਜਿਹੜੇ ਕਿ ਚਿੱਤ ਬਿਰਤੀ ਦੇ ਸਿੱਖ ਸਨ, ਚੌਥੀ ਪਦਵੀ ਦੇ, ਤੇ ਉਹ ਜਿਹੜੇ ਤੀਜੀ ਪਦਵੀ ਦੇ ਹੈਗੇ ਨੇ ਗੁਰਮੁਖ, ਉਹਨਾਂ ਨੂੰ ਇਹ ਉਪਦੇਸ਼ ਦੇ ਰਹੇ ਨੇ। ਕਹਿੰਦੇ ਨੇ ਸੂਹੀ ਮਹੱਲਾ 5, ਪੇਜ ਹੈਗਾ 744। ਅੰਮ੍ਰਿਤ ਬਾਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਜਿਹੜਾ ਸਾਧ ਹੁੰਦਾ ਉਹਨੇ ਮਾਇਆ ਤਿਆਗੀ ਹੁੰਦੀ ਗੀ, ਨਿਰਮਲੇ ਸੰਤਾਂ ਨੂੰ ਪੈਸਾ ਨਹੀਂ ਹੱਥ ਲਾਉਣਾ। ਜੇ ਕੋਈ ਕਹਿੰਦਾ ਆਪਣੇ ਆਪ ਨੂੰ ਨਿਰਮਲ ਸੰਤ ਹੈ ਤੇ ਤੁਹਾਡੇ ਤੋਂ ਪੈਸਾ ਲੈਂਦਾ ਨਾ, ਜਾਂ ਗਰਾਉਂਦਾ ਹੈਗਾ ਤੇ ਆਪ ਕੱਪੜੇ ਬੋੜੇ ਪੋਛ ਪਾਛ ਕੇ ਪਾਏ, ਉਹ ਪਖੰਡੀ ਹੈਗਾ। ਤੁਹਾਨੂੰ ਬਾਣੀ ਸੁਣਾ ਦੂਗਾ, ਜਿੱਦਾਂ 22 ਮੰਜੀਆਂ ਖੱਤਰੀ ਰਾਹ ਕੇ ਬੈਠੇ ਸੀ ਨਾ ਉੱਥੇ ਬਾਬਾ ਬਕਾਲੇ, ਤੁਹਾਨੂੰ ਸਭ ਬਾਣੀ ਉਚਰੇਗਾ। ਮੂੰਹ ਤੋਂ ਬੜੀ ਸੋਹਣੀ ਪਰ ਉਹ ਦਿਲ ਦਾ ਕਾਲਾ, ਉੱਥੋਂ ਪਤਾ ਲੱਗਦਾ ਜਦੋਂ ਉਹਨੇ ਪੈਸਾ ਲੈ ਲਿਆ ਤੁਹਾਡੇ ਤੋਂ। ਜਿਹੜਾ ਨਿਰਮੜਾ ਸੰਤ ਹੁੰਦਾ ਉਹ ਰੋਟੀ ਖਾਂਦਾ ਹੈਗਾ, ਜੇ ਉਹਦੀ ਉਹਦੇ ਪੱਟੇ ਹੋਏ ਕੱਪੜੇ ਹੈਗੇ ਨੇ ਉਹ ਕੱਪੜੇ ਕਬੂਲ ਕਰ ਲਏਗਾ, ਨਹੀਂ ਤਾਂ ਉਹ ਵੀ ਨਹੀਂ ਕਰੇਗਾ। ਉਹਦੀ ਮਾਇਆ ਤੇ ਬਿਲਕੁਲ ਰਹਿਤ ਹੁੰਦਾ ਉਹ ਨਿਰੰਜਨ। ਉਹ ਨਿਰੰਜਨ ਦੀ ਉਹ ਕਰਦਾ, ਉਹ ਨਿਰੰਜਨ ਦਾ ਹੈਗਾ ਸਪੋਕਸਮੈਨ। ਉਹਨੂੰ ਦੁਨੀਆਂ ਦਾ ਰੰਗ ਨਹੀਂ ਲੱਗਿਆ ਹੋਇਆ ਕੋਈ ਵੀ, ਤੇ ਇਸ ਕਰਕੇ ਕਈ ਉਹ ਸਾਧੂ ਜਿਹੜੇ ਹੁੰਦੇ ਨੇ ਨੰਗੇ ਹੁੰਦੇ ਨੇ, ਉਹਨਾਂ ਨੂੰ ਇਹ ਜਿਹੜੀ ਦੁਨਿਆਵੀ ਜਿਹੜੀ ਨਾ ਇਹ ਨਹੀਂ ਉਹਨਾਂ ਨੂੰ ਪੈਂਦੀ, ਪਰ ਉਹਨਾਂ ਨੂੰ ਰਹਿਣਾ ਪੈਂਦਾ ਜੰਗਲਾਂ 'ਚ, ਫਿਰ ਇਸ ਦੁਨੀਆਂ 'ਚ ਨਹੀਂ ਆਉਣਾ ਪੈਂਦਾ। ਫਿਰ ਦੁਨੀਆ ਹੈਗੀ ਦੁਨਿਆਵੀ ਆਦਮੀਆਂ ਲਈ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜਿਹੜਾ ਸਾਧ ਕੋਈ ਮਿਲ ਜਾਏ ਉਹਦੀ ਜਿਹੜੀ ਬਾਣੀ ਹੈਗੀ ਉਹ ਉਚਾਰਦਾ ਹੈਗਾ ਉਹ ਅੰਮ੍ਰਿਤ ਹੈਗੀ, ਕਿ ਉਹਨੇ ਮਾਇਆ ਤੋਂ ਰਹਿਤ ਹੈਗੀ, ਉਹਦੀ ਉਹਨੂੰ ਕੋਈ ਲਾਲਚ ਨਹੀਂ ਹੈਗਾ।
ਜੋ ਜੋ ਜਪੇ ਤਿਸ ਕੀ ਗੱਤ ਹੋਵੇ, ਜਿਹੜਾ ਜਿਹੜਾ ਜਪਦਾ ਉਹਦੀ ਗੱਤ ਜਿਹੜੀ ਉਹਦੀ ਮੁਕਤੀ ਹੋ ਜਾਂਦੀ ਹੈਗੀ ਹੋਵੇ। ਹਰ ਹਰ ਨਾਮ ਨਿਤ ਰਸਨ ਬਖਾਨੀ, ਉਹ ਸਮਝਾਉਂਦਾ ਹੈਗਾ ਤੁਹਾਨੂੰ ਵੀ ਆਹ ਹੈਗਾ ਉਹਦਾ, ਤੇ ਜਦੋਂ ਸਮਝਾਉਂਦਾ ਤੇ ਤੁਸੀਂ ਫਿਰ ਗੁਰਮੁਖ ਉਹ ਤੁਹਾਨੂੰ ਗੁਰ ਦੱਸ ਦਿੰਦਾ ਹੈਗਾ, ਢੰਗ ਦੱਸ ਦਿੰਦਾ ਹੈਗਾ, ਫਿਰ ਤੁਸੀਂ ਮੂੰਹ ਨਾਲ ਆਪ ਬੋਲਦੀ ਹੈਗੀ, ਤਾਂ ਤੁਸੀਂ ਗੁਰਮੁਖ ਬਣ ਕੇ ਤੁਸੀਂ ਉਹਦਾ ਪ੍ਰਚਾਰ ਕਰਨਾ ਤੇ ਉਹਦੇ ਨਾਂ ਦਾ ਵੀ ਇਹ ਨਾਂ ਰੱਬ ਦਾ ਇੱਕ ਪਰਸਨ ਵੀ ਉਹਨੇ ਮੈਨੂੰ ਦੱਸਿਆ ਹੈਗਾ, ਉਹਦੀ ਵਿਖਤ ਤੁਸੀਂ ਮੈਂ ਫਲਾਣੇ ਸੰਤ ਦੀ ਮੈਂ ਬਾਣੀ ਬੋਲ ਰਿਹਾ, ਫਲਾਣੇ ਸੰਤ ਦੀ, ਜਿੱਦਾਂ ਭਗਤ ਕਬੀਰ ਜੀ ਦੀ ਹੈਗੀ, ਰਵਿਦਾਸ ਜੀ ਦੀ ਹੈਗੀ, ਇਹ ਸਾਰੇ ਸਤਿਗੁਰੂ ਸਨ। ਰਹਾਓ ਕਲੀ ਕਾਲ ਕੇ ਮਿਟੇ ਕਲੇਸ਼ਾ, ਕਲੀ ਕਲੀ ਹੈਗਾ ਕਲਯੁਗ, ਕਲਯੁਗ ਵਿੱਚ ਅੰਧੇਰਾ ਹੁੰਦਾ ਹੈਗਾ, ਬਾਹਮਣ ਵੀ ਜਿਹੜੇ ਹੁੰਦੇ ਇਹ ਵੀ ਨਿਕੰਮੇ ਹੋ ਜਾਂਦੇ ਨੇ, ਇਸ ਕਰਕੇ ਚੌਂ ਵਰਨੋ ਕੋ ਇਹ ਉਪਦੇਸ਼। ਅੱਛਾ ਹੁਣ ਇਹ ਜਿਹੜਾ ਨਾ ਜਿਹੜੇ ਕ੍ਰਿਸਚੀਅਨ ਹੈਗੇ ਨਿਕਲਾਉਂਦੇ ਨੇ ਕਿਤਾਬੀ ਕੀੜੇ, ਇਹ ਹੁਣ ਐਡਵੈਂਟ ਕੈਂਡਲ ਜਲਾ ਰਹੇ ਨੇ, ਹਰ ਵੀਕ ਇੱਕ ਕੈਂਡਲ ਜਲਾਉਂਦੇ, ਹਰ ਵੀਕ ਚਾਰ ਕੈਂਡਲ ਹੈਗੀਆਂ ਨੇ, ਵਿੱਚ ਗੱਭੇ ਹੈਗੀ ਕੈਂਡਲ ਜਿਹੜੀ ਉਹ ਹੈਗੀ ਸਤਿਗੁਰੂ ਜੀ ਜੀ ਦੀ, ਅਤੇ ਉਹਨਾਂ ਨੂੰ ਮੈਂ ਦੱਸਿਆ ਇੱਥੇ ਯੂਨੀਵਰਸਿਟੀ ਜਾਣਾ, ਆਕਸਫੋਰਡ ਯੂਨੀਵਰਸਿਟੀ, ਉਹ ਸੀਗੇ ਚਾਰ ਵਰਨ ਸੀਗੇ ਜਿਹੜੀਆਂ, ਚੌਂ ਵਰਨੋ ਕੋ ਏਕ ਉਪਦੇਸ਼ ਹੈਗਾ, ਚਾਰ ਕੈਂਡਲ ਜਿਹੜੀਆਂ ਚੌਂ ਵਰਨਾਂ ਦੇ ਲੋਕਾਂ ਲਈ ਹੈਗੀਆਂ ਨੇ, ਉਹਨਾਂ ਨੂੰ ਇੱਕ ਉਪਦੇਸ਼ ਹੈਗਾ। ਯਾਨੀ ਕਿ ਹੁਣ ਪਹਿਲਾਂ ਹੁੰਦਾ ਸੀ ਵੀ ਸ਼ੂਦਰ ਨੂੰ ਉਪਦੇਸ਼ ਨਹੀਂ ਸੀ ਹੁੰਦਾ, ਬਾਹਮਣ ਕਹਿੰਦੇ ਸੀ ਜੇ ਸ਼ੂਦਰ ਦੇ ਕੰਨ 'ਚ ਵੇਦ ਮੰਤਰ ਪੈ ਜਾਏ ਉਹਨੂੰ ਫੜ ਕੇ ਅਤੇ ਤੁਸੀਂ ਉਹਦੇ ਕੰਨ 'ਚ ਸਿੱਕਾ ਪਾ ਦਿਓ ਢਾਲ ਕੇ, ਅਤੇ ਜਿਹੜੇ ਹੈਗੇ ਰੱਬ ਆਈ ਹੈਗੇ ਨੇ ਉਹ ਕਹਿੰਦੇ ਲੋਕਾਂ ਨੂੰ ਜਿਹੜੇ ਉਹਦੇ ਹੈਗੇ ਨੇ ਤੁਸੀਂ ਯਾਵੇ ਦਾ ਵੀ ਨਾਂ ਲੈਣਾ, ਜਿਹੜੇ ਯਾਵਾ ਹੈਗਾ ਬ੍ਰਹਮਾ ਦਾ ਵੀ ਨਾਂ ਲੈਣਾ ਨਹੀਂ ਹੈਗਾ, ਇੰਨਾ ਉਹਨਾਂ ਨੂੰ ਡਰਾਇਆ ਹੈਗਾ। ਅਤੇ ਇਸ ਜਦੋਂ ਬੰਮ ਨਿਕੰਮੇ ਹੋ ਜਾਂਦੇ ਫਿਰ ਇਹ ਕਲਯੁਗ ਸਾਰਿਆਂ ਲਈ ਹੁੰਦਾ, ਅਤੇ ਸ਼ੂਦਰ ਹੋਵੇ, ਵੈਸ਼ ਹੋਵੇ, ਕਸ਼ਤਰੀ ਹੋਵੇ, ਬਾਹਮਣ ਵਨ ਉਹ ਵੀ ਬਾਹਮਣ ਤਾਂ ਬਿਲਕੁਲ ਹੀ ਨਿਕੰਮੇ ਹੋ ਜਾਂਦੇ ਨਾ, ਹੰਕਾਰੇ ਹੋਏ ਹੋਮੇ 'ਚ, ਉਹ ਬਿਲਕੁਲ ਨਿਕੰਮੇ ਹੋਣ ਕਰਕੇ ਉਹਨਾਂ ਨੂੰ ਬਹੁਤ ਘੱਟ ਇਸ ਦਾ ਗਿਆਨ ਹੁੰਦਾ ਹੈਗਾ। ਸਾਰਿਆਂ ਨੂੰ ਜ਼ਿਆਦਾ ਗਿਆਨ ਸ਼ੂਦਰ ਵਰਨ ਦੇ ਲੋਕਾਂ ਨੂੰ ਹੁੰਦਾ ਹੈਗਾ ਜਿਹੜੇ ਸੇਵਾ ਕਰਦੇ ਨੇ, ਭਗਤ ਕਬੀਰ ਜੀ ਹੋਏ, ਰਵਿਦਾਸ ਜੀ ਹੋਏ, ਚਮਾਰ ਸੀਗੇ ਕਰਦੇ ਸੀਗੇ ਸੇਵਾ ਲੋਕਾਂ ਦੀ, ਇਹਨਾਂ ਨੂੰ ਮਿਲਦਾ ਹੈਗਾ ਉਹ ਨਾਮ। ਅਤੇ ਵੈਸ਼ ਜਿਹੜਾ ਹੈਗਾ ਉਹ ਕਰਦੇ ਨੇ ਆਪਣੇ ਦੁਕਾਨਦਾਰੀ ਵਗੈਰਾ ਇੱਦਾਂ ਦੀਆਂ, ਉਹਦੇ 'ਚ ਜਿਹੜਾ ਚਤੁਰ ਚਲਾਕ ਹੁੰਦੇ ਨੇ ਉਹਨਾਂ ਨੂੰ ਘੱਟ ਮਿਲਦਾ ਹੈਗਾ। ਅਤੇ ਕੁੜਿਆਰ ਜਿਹੜੇ ਹੈਗੇ ਨੇ ਉਹ ਪੋਲੀਟਿਕਸ ਜਿੰਨਾ ਹੈਗਾ ਨੇ, ਪੋਲੀਟਿਕਸ 'ਚ ਹੈਗਾ ਇੱਥੇ ਹੁਣ ਬੋਲਣਾ ਪੈਂਦਾ ਝੂਠ, ਮਿੱਠਾ ਝੂਠ, ਕੂੜ, ਜੇ ਕੂੜ ਨਾ ਬੋਲੋ ਤਾਂ ਵੋਟਾਂ ਨਹੀਂ ਮਿਲਦੀਆਂ, ਜੇ ਸੱਚ ਬੋਲੋ ਤੇ ਲੋਕੀ ਦੌੜ ਜਾਂਦੇ ਨੇ। ਯਾਨੀ ਕਿ ਜੇ ਉਹਨਾਂ ਨੂੰ ਕਹੋ ਵੀ ਸਿੱਖ ਇੱਕ ਵੀ ਨਹੀਂ ਮਰਿਆ 1984 'ਚ, ਲੋਕੀ ਸਾਰੇ ਦੌੜ ਜਾਣਗੇ। ਪੋਲੀਟੀਸ਼ੀਅਨ ਜੇ ਤਿੰਨੇ ਤਾਂ ਇੱਥੇ ਜੇ ਉਹਨਾਂ ਕਹੋ ਵੀ ਜੂ ਇਜ਼ ਵਨ ਹੂ ਇਜ਼ ਇਨ ਵਰਲਡਲੀ ਨਾਟ ਆਊਟ ਵਰਲਡਲੀ, ਜੇ ਇਹਨਾਂ ਨੂੰ ਕਹੋ ਜੂ ਇੱਕ ਵੀ ਨਹੀਂ ਮਰਿਆ, ਹੋਲੋਕਾਸਟ 'ਚ ਕੌਮਾਂ ਦੇ ਲੋਕ ਮਰੇ ਸੀ, ਕੋਈ ਜੁੱਡਾ ਟ੍ਰਾਈਬ, ਕੋਈ ਲੀਵਾਈ ਟ੍ਰਾਈਬ, ਇਹ ਮਰੇ ਸੀਗੇ, ਜੂ ਨਹੀਂ ਸੀ ਮਰਿਆ। ਜਿੱਦਾਂ 1984 'ਚ ਕੋਈ ਜੱਟ ਮਰਿਆ, ਕੋਈ ਅਰੋੜਾ, ਕੋਈ ਖੱਤਰੀ, ਇਹ ਮਰੇ ਨੇ ਕੌਮਾਂ ਦੇ ਲੋਕ, ਸਿੱਖ ਨਹੀਂ ਮਰਿਆ ਕੋਈ ਵੀ। 1947 'ਚ ਪਾਰਟੀਸ਼ਨ ਵੇਲੇ ਜਦੋਂ 2000 ਆਦਮੀ ਆਏ ਸਾਡੇ ਪਿੰਡ 'ਤੇ ਹਮਲਾ ਕਰਨ, ਅਤੇ ਫਾਦਰ ਨੇ ਉਹਨਾਂ ਨੂੰ ਦੱਸਿਆ ਵੀ ਅਸੀਂ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ ਮਰਨਾ, ਕੋਈ ਦੁਸ਼ਮਣੀ ਤਾਂ ਕੱਢ ਲਓ, ਅਸੀਂ ਵੀ ਤਿਆਰ ਹਾਂ ਤੁਹਾਡੇ ਲਈ। ਉਹ ਕਹਿੰਦਾ ਸੀ ਅਸੀਂ ਤਾਂ ਦੋਸਤ ਹੈਗੇ, ਜੋ ਉਹਨਾਂ ਨੂੰ ਲਾਲਿਆਂ ਦੀ ਤਿੰਨਾਂ ਦੀ ਸਮਝਾਈ ਸ਼ਰਾਰਤ, ਉਹ ਇੰਨਾ ਮਿਹਰਬਾਨ ਹੋਇਆ, ਕਹਿੰਦਾ 2000 ਨੂੰ ਇਹ ਸਾਡੇ ਹੈਗੇ ਮਹਿਮਾਨ, ਖਬਰਦਾਰ ਇਹਨਾਂ ਨੂੰ ਕੋਈ ਹੱਥ ਵੀ ਕਿਸੇ ਨੇ ਚੱਕਿਆ ਇਹਨਾਂ 'ਤੇ, ਇਹਨਾਂ ਦਾ ਕੋਈ ਨੁਕਸਾਨ ਕੀਤਾ, ਉਹਨਾਂ ਸਾਨੂੰ ਮਹਿਮਾਨਾਂ ਦੀ ਤਰ੍ਹਾਂ ਰੱਖਿਆ। ਅਤੇ ਫਾਦਰ ਕਹਿੰਦਾ ਚਲੋ ਲਾਹੌਰ, ਤਬਾਦਲਾ ਰੁਕਾਈਏ, ਕਹਿੰਦੇ ਟੂ ਲੇਟ ਹੈਗਾ, ਇੱਦਾਂ ਦਾ ਤੁਹਾਨੂੰ ਹਮਲਾ ਆਏ ਮੁੜ ਜਾਣ, ਕੋਟਨ ਮੇਂ ਏਕ ਮਿਲੇਗੀ ਮਿਸਾਲ। ਇਹ ਕ੍ਰਿਸ਼ਨ ਜੀ ਨੇ ਦੱਸਿਆ ਸੀ ਵੀ ਪਹਾੜ ਰੁੜਿਆ ਹੁੰਦਾ, ਕੂੜ ਦਾ ਪਹਾੜ, ਇੱਕ ਘਾਹ ਦੇ ਤਿਨਕੇ ਨੇ ਰੋਕ ਲਿਆ ਸੀ, ਉਹ ਘਾਹ ਦਾ ਤਿਨਕਾ ਸੀ ਮੇਰੇ ਫਾਦਰ ਜਿਹਨਾਂ ਨੂੰ ਰੋਕ ਲਿਆ, ਉਹ ਜਿਹਦੇ ਪਾਸ ਹੀ ਨਾਮ ਹੈਗਾ ਉਹੀ ਇਹਨੂੰ ਕੂੜ ਦੇ ਪਹਾੜ ਨੂੰ ਰੋਕੇਗਾ, ਨਹੀਂ ਤਾਂ ਮਰੋਗੇ।
ਕਲੀ ਕਾਲ, ਕਾਲ ਹੈਗਾ ਮਰਨ ਜਨਮ, ਜੋ ਤੁਸੀਂ ਜਿੱਦਾਂ ਦਾ ਪਿਓ ਹੈਗਾ ਉਦਾਂ ਦੇ ਤੂੰ ਪੁੱਤਰ ਬਣ ਜਾਂਦੇ, ਉਹ ਅਟਰਨਲ ਹੈਗਾ, ਤੁਸੀਂ ਵੀ ਅਟਰਨਲ। ਕਲੀ ਕਾਲ ਕੇ ਮਿਟੇ ਕਲੇਸ਼ਾ, ਉਹਦਾ ਫਿਕਰ ਮਿਲ ਜਾਂਦਾ, ਕੋਈ ਉਹਦਾ ਦੁੱਖ ਨਹੀਂ ਹੈਗਾ। ਫਿਰ ਇੱਕੋ ਨਾਮ ਮਨ ਮੇ ਪ੍ਰਵੇਸ਼ਾ, ਇੱਕੋ ਨਾਮ ਮਾਇਆ ਦਾ ਨਹੀਂ, ਨਿਰੰਜਨ ਦਾ। ਤੁਸੀਂ ਵੀ ਨਿਰੰਜਨ ਵਾਂਗੇ ਬਗੈਰ, ਜਿੱਦਾਂ ਸਤਿਗੁਰੂ ਸੀਗੇ ਅਰਜਨ ਦੇਵ ਜੀ, ਉਹ ਆਪਣੇ ਗਹਿਣੇ ਵੇਚ ਕੇ ਤੀਵੀਂ ਦੇ ਅਤੇ ਲੰਗਰ ਚਲਾਉਂਦੇ ਸੀ, ਪ੍ਰਿਥੀ ਚੰਦ ਆ ਕੇ ਠੂਠਾ ਮੋਹਰੇ ਕਰਕੇ ਤਾਂ ਉਬਰਾਈ ਕਰਕੇ ਤਾਂ ਘਰ ਨੂੰ ਦੌੜ ਜਾਂਦਾ ਸੀ। ਕਹਿੰਦਾ ਜੀ ਦੇਖਦੇ ਹਾਂ ਕਿੰਨਾ ਕੁ ਚਿਰ ਚਲਾਉਂਦਾ ਇਹੋ। ਯਾਨੀ ਕਿ ਉਹਦਾ ਇੱਕ ਨੰਬਰ ਦਾ ਦੁਸ਼ਮਣ ਉਹ ਪ੍ਰਿਥੀ ਚੰਦ ਸੀਗਾ, ਪਰ ਉਹਨਾਂ ਨੇ ਉਹਦੇ ਨਾਲ ਵੈਰ ਨਹੀਂ ਕੀਤਾ। ਕਿਉਂ? ਜਿਹੜਾ ਭਗਤ ਭਗਤੀ ਮਾਰਗ ਵਿੱਚ ਹੁੰਦਾ ਉਹਦੇ 'ਚ ਹਰ ਇੱਕ 'ਚ ਉਹ ਅਕਾਲ ਪੁਰਖ ਦੀ ਜੋਤ ਉਹਦੇ 'ਚ ਹੈਗੀ। ਜੇ ਉਹਦੇ ਨਾਲ ਵੈਰ ਕਰੇਗਾ ਤਾਂ ਉਹਦੇ ਅਕਾਲ ਪੁਰਖ ਨਾਲ ਵੈਰ ਕਰੇਗਾ। ਇਸੇ ਕਰਕੇ ਜਿਹੜਾ ਅਗੇਪੇ ਲਵ ਹੈਗੀ ਅਨਕੰਡੀਸ਼ਨਲ ਹੈਗੀ। ਅਤੇ ਉਹਨਾਂ ਨੇ ਫਿਰ ਵੀ ਆਪਣੇ ਲੰਗਰ ਜਿੱਦਾਂ ਦਾ ਸੀ ਚਲਾਉਂਦੇ ਸੀ ਰੁੱਖਾਂ ਮਿਸਰ, ਅਤੇ ਲੋਕ ਕਹਿਣ ਲੱਗੇ ਜਿਹੜੇ ਸਿੱਖ ਸੀਗੇ, ਇਹ ਕੀ ਗੱਲ ਜੀ, ਲੰਗਰ ਦੀ ਥੱਲੇ ਚਲਾ ਗਿਆ ਇਹਦਾ, ਰੁੱਖਾ ਮਿੱਸਾ ਹੋ ਗਿਆ ਇਹਦਾ, ਕੀ ਕਹਿ, ਲੋਕ ਲਿਆਉਂਦੇ ਨਹੀਂ ਹੈਗੇ, ਕੀ ਕੁਛ ਹੁੰਦਾ ਨਹੀਂ ਹੈਗਾ, ਕਹਿੰਦੇ ਹੁੰਦਾ ਪਰ ਉਹ ਲੈ ਜਾਂਦਾ ਘਰ ਆਪਣੇ ਪ੍ਰਿਥੀ ਚੰਦ। ਫਿਰ ਉਹਨਾਂ ਨੇ ਉਹਦੀ ਸੰਭਾਲ ਕੀਤੀ, ਫਿਰ ਲੰਗਰ ਸ਼ੁਰੂ ਹੋਇਆ ਠੀਕ। ਉਹਨਾਂ ਤਦੇ ਮੀਨਾ ਕਹਿੰਦੇ ਇਹਨਾਂ ਨੂੰ, ਇਹ ਖੱਤਰੀ ਜਿਹੜੇ ਨੇ ਇੱਕ ਨੰਬਰ ਦੇ ਸ਼ੈਤਾਨ ਹੈਗੇ ਦੁਨੀਆਂ 'ਚ। ਜਦੋਂ ਹੁੰਦੇ ਸੀ ਉਹ ਸਤਿਗੁਰੂ, ਉਦੋਂ ਇੱਕ ਨੰਬਰ ਦੇ ਸ਼ੈਤਾਨ ਉਹਨਾਂ ਦੇ ਬਰਖਲਾਫ ਇਹੋ ਸੀ, ਮੋਹਰੀ ਜਿਹਨਾਂ ਨੇ ਸਿਰ ਲਾਉਣੇ ਸ਼ੁਰੂ ਕੀਤੇ ਸੀ, ਜਿਹਨਾਂ ਦੇ ਬਾਲ ਰੱਖੇ ਸੀ, ਤਾਂ ਕਹਿੰਦੇ ਸੀ ਅਸੀਂ ਨਾਨਕ ਦੇ ਸਿੱਖ ਹੈਗੇ ਹਾਂ, ਲਾਹੌਰ ਤੋਂ ਸ਼ੁਰੂ ਹੋਏ ਸੀ ਨਾ, ਅਤੇ ਇਹ ਅੱਜ ਮੋਹਰੀ ਬਣੇ ਹੋਏ ਨੇ, ਅਤੇ ਕਹਿੰਦੇ ਇੱਕ ਨੰਬਰ ਦੇ ਸਿੱਖ ਹੈਗੇ ਹਾਂ ਅਸੀਂ। ਜੀਸਸ ਨੇ ਇਹਨਾਂ ਦੇ ਬਾਰੇ ਲਿਖਿਆ ਨਾ, ਵੀ ਜਦੋਂ ਪ੍ਰੋਫਿਟ ਆਏ ਸੀ ਉਹਨਾਂ ਨੂੰ ਮਾਰਿਆ ਉਹਨਾਂ ਨੇ, ਫਿਰ ਬਾਅਦ ਵਿੱਚ ਉਹਨਾਂ ਦੇ ਮੈਮੋਰੀਅਲ ਬਣਾ ਕੇ, ਅਤੇ ਕਹਿੰਦੇ ਹਾਂ ਸਾਡਾ ਸੀ ਇਹ ਪ੍ਰੋਫਿਟ। ਉਹ ਫਿਰ ਉਹਦੇ ਯਾਨੀ ਕਿ ਵਿਟਨੈਸ ਬਣਦੇ ਕਿ ਸਾਡਾ ਸੀ ਅਤੇ ਅਸੀਂ ਮਾਰਿਆ ਉਹਨੂੰ। ਇੱਦਾਂ ਹੀ ਇਹ ਜਿਹੜੇ ਹੈਗੇ ਨਾ ਖੱਤਰੀ, ਇਹ ਵੀ ਕਹਿੰਦੇ ਸਾਡਾ ਸੀ ਨਾਨਕ ਖੱਤਰੀ ਅਤੇ ਅਸੀਂ ਮਾਰਿਆ ਸੀ ਉਹਨੂੰ। ਖੱਤਰੀਆਂ ਨੇ ਸਾਰਿਆਂ ਨੂੰ ਜ਼ਿਆਦਾ ਜੱਟਾਂ ਨੇ ਅਪਣਾਇਆ ਸੀਗਾ, 60-70% ਸਿੱਖੀ, ਅਤੇ ਖੱਤਰੀਆਂ ਨੇ ਲੈੱਸ ਦੈਨ 1%, 1% ਤੋਂ ਵੀ ਘੱਟ। ਰੋੜਿਆਂ ਨੇ 1.5%, ਰੋੜੇ ਇਹਨਾਂ ਨਾਲੋਂ ਵੱਲ ਹੈਗੇ ਨੇ। ਇੱਕ ਸੋਭਤੀ ਖੱਤਰੀ ਸੀ ਜਿਹੜਾ ਕਿ ਪੰਜਾਂ 'ਚ ਆਇਆ ਸੀਗਾ। ਇੱਕੋ ਨਾਮ ਮਨ ਮੇ ਪ੍ਰਵੇਸ਼ਾ, ਇੱਕੋ ਦਾ ਨਾਮ ਹੈਗਾ ਉਹਦਾ ਅਕਾਲ ਪੁਰਖ ਦਾ, ਉੱਥੇ ਦੂਜਾ ਹੈ ਨਹੀਂ ਕੋਈ ਵੀ, ਦੂਜਾ ਹੋਏ ਤਾਂ ਤਹੇ ਕਹੀਏ। ਸਾਧੂ ਦੂਰ ਮੁਖ ਮਸਤਕ ਲਾਈ, ਸਾਧੂ ਦੀ ਦੂਰ, ਦੂਰ ਹੈਗਾ ਉਹਦੇ ਚਰਨਾਂ ਦੀ ਧੂੜ, ਤਨ ਚਰਨਾਂ ਦੀ ਧੂੜ ਹੈਗਾ। ਜੇ ਤੁਹਾਡੇ ਤੁਸੀਂ ਜਾਓਗੇ ਸਾਧੂ ਕੋਲ ਤਾਂ ਉਹਦੇ ਜਿਹੜਾ ਉਹਦੀ ਜਿਹੜਾ ਹੈਗਾ ਨਾ ਧੂੜ ਹੈਗੀ, ਉਹ ਹੈਗੀ ਉਹਦੀ ਬਾਣੀ। ਜੇ ਤੁਹਾਡੇ ਘਰ ਆਏਗਾ ਤਾਂ ਤੁਸੀਂ ਉਹਦੇ ਚਰਨ ਧੋਵੋਗੇ, ਉਹ ਤਾਂ ਕਿ ਜਿਹੜੇ ਪੈਰ ਲੈ ਕੇ ਆਏ ਨੇ ਉਹਨਾਂ ਨੂੰ ਧੋ ਕੇ ਗਰਮ ਪਾਣੀ ਨਾਲ ਉਹਨਾਂ 'ਤੇ ਤੇਲ ਲਾਓਗੇ ਤਾਂ ਕਿ ਉਹ ਉਹਨਾਂ ਨੂੰ ਆਰਾਮ ਮਿਲੇ। ਉਹਨਾਂ ਦੀ ਉਹ ਧੂੜ ਜਿਹੜੀ ਚਰਨ ਧੋਦੇ ਉਹ ਨਹੀਂ ਪੀਣੇ ਹੈਗੇ, ਧੂੜ ਹੈਗੀ ਜਿਹੜੀ ਉਹਨਾਂ ਨੇ ਤੁਹਾਨੂੰ ਦੇਣੀ ਹੈਗੀ ਨਾ, ਨਾਮ ਦੇਣਾ ਨਾ ਉਹਨਾਂ ਨੂੰ ਸਮਝਾਉਣਾ ਹੈਗਾ, ਉਹ ਧੂੜ ਹੈਗੀ। ਉਹ ਕਹਿੰਦੇ ਤੁਸੀਂ ਮੁੱਖ ਲਾਓ, ਉਹ ਮੁੱਖ ਲਾਓ ਦਾ ਮਤਲਬ ਵੀ ਉਹ ਬਾਣੀ ਬੋਲੋ, ਉਹ ਪੈਸੇ ਵਾਲੀ ਨਾ ਬੋਲੋ, ਜਿਹੜੀ ਕਿ ਚਤਰ ਚਲਾਕੀ ਵਾਲੀ। ਯਾਨੀ ਕਿ ਮਸਤਕ ਉਹਦੇ ਜਿਹੜਾ ਆਪਣੇ ਮੱਥੇ 'ਤੇ ਵੀ ਲਾਓ, ਆਪਣੇ ਉਹ ਜਿਹੜੀ ਮੱਥੇ ਦਾ ਮਗਰ ਆਪਣੇ ਬੁੱਧੀ 'ਚ ਲੈ ਕੇ ਜਾਓ, ਬੁੱਧੀ 'ਚ, ਬੁੱਧੀ ਹੋਰ ਪਾਸੇ ਨਾ ਲਾਓ, ਬੁੱਧੀ ਉਹਦੇ ਸਾਧੂ ਦੇ ਬਚਨਾਂ 'ਚ ਲਾਓ। ਤਦ ਇਹਨੂੰ ਕਹੀਦਾ ਸਾਧੂ ਦੂਰ ਮੁੱਖ ਮਸਤਕ ਲਾਈ, ਨਾਨਕ ਉਧਰੇ ਹਰ ਗੁਣ ਸੁਰਨਾਈ। ਸਤਿਗੁਰੂ ਨਾਨਕ ਜੀ ਕਹਿੰਦੇ ਉਹ ਆਦਮੀ ਉੱਧਰ ਜਾਂਦਾ ਹੈਗਾ ਹਰ ਗੁਣ, ਹਰ ਗੁਰ, ਗੁਰ ਹੁੰਦਾ ਢੰਗ, ਹਰ ਦਾ ਢੰਗ ਕੀ ਹੈਗਾ, ਲੋਜੀਕਲ ਰੀਜ਼ਨਿੰਗ, ਸਰਨਾਈ ਉਹਦੇ ਚਰਨਾਂ 'ਚ ਪਿਆ ਜਾਂ ਉਹ ਸਮਝਣ ਨਾ। ਜੇ ਤੁਸੀਂ ਲੋਜੀਕਲ ਰੀਜ਼ਨਿੰਗ ਸਾਧੂ ਤੋਂ ਸਮਝੋਗੇ ਨਾ, ਤਾਂ ਉਹਦੇ ਨਾਲ ਆਦਮੀ ਫਿਰ ਉੱਧਰਦਾ ਹੈਗਾ, ਯਾਨੀ ਕਿ ਮੁਕਤੀ ਪਾ ਜਾਂਦਾ ਹੈਗਾ, ਅਤੇ ਬਾਣੀ ਖੂਬ ਉਚਾਰਦਾ ਹੈਗਾ। ਇਹ ਹੈਗੀ ਇਹਦੀ ਵਿਆਖਿਆ।